ਹਾਂਜੀ, ਮਾਲਵਾ ਜੋਨ ਦੀ ਇੱਕ ਹੋਰ ਨਵੀਂ ਵੀਡੀਓ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਕਰਦੇ ਹਾਂ। ਜਿਵੇਂ ਕਿ ਦੋਸਤੋ ਆਪਾਂ ਜਾਣਦੇ ਹਾਂ ਕਿ ਸਿੱਧੂ ਮੂਸੇਵਾਲੇ ਨੇ ਕਾਂਗਰਸ ਪਾਰਟੀ ਜੁਆਇਨ ਕਰ ਲਈ ਸੀ, ਪਰ ਉਸ ਤੋਂ ਬਾਅਦ ਸਿੱਧੂ ਮੂਸੇਵਾਲੇ ਨੂੰ ਬਹੁਤ ਸਾਰੇ ਚੈਨਲਾਂ ਵੱਲੋਂ ਸਵਾਲ ਜਵਾਬ ਕੀਤੇ ਗਏ ਸਨ ਕਿ ਕਿਉਂ ਕਾਂਗਰਸ ਪਾਰਟੀ ਜੁਆਇਨ ਕੀਤੀ ਹੈ। ਇਸ ਤਰ੍ਹਾਂ ਦੋਸਤੋ ਇੱਕ ਚੈਨਲ ਵੱਲੋਂ ਸਿੱਧੂ ਮੂਸੇਵਾਲੇ ਨੂੰ ਖੁੱਲ੍ਹ ਕੇ ਪੁੱਛਿਆ ਗਿਆ ਸੀ ਕਿ ਹੋਰ ਕਿਹੜੀ ਕਿਹੜੀ ਪਾਰਟੀ ਨੇ ਤੁਹਾਨੂੰ ਅਪਰੋਚ ਕੀਤਾ ਸੀ ਅਤੇ ਤੁਸੀਂ ਕਿਉਂ ਕੋਈ ਹੋਰ ਪਾਰਟੀ ਜੁਆਇਨ ਨਹੀਂ ਕੀਤੀ। ਇਸ ਤਰ੍ਹਾਂ ਦੋਸਤੋ ਸਿੱਧੂ ਮੂਸੇਵਾਲੇ ਨੇ ਵੀ ਦੱਸਿਆ ਸੀ ਕਿ ਮੈਂ ਆਮ ਆਦਮੀ ਪਾਰਟੀ ਕਿਉਂ ਨਹੀਂ ਜੁਆਇਨ ਕੀਤੀ ਅਤੇ ਅਕਾਲੀ ਦਲ ਕਿਉਂ ਨਹੀਂ ਜੁਆਇਨ ਕੀਤੀ। ਇਸ ਤਰ੍ਹਾਂ ਦੋਸਤੋ ਹੋਰ ਕੀ ਬੋਲਿਆ ਹੈ ਸਿੱਧੂ ਮੂਸੇਵਾਲਾ ਤੁਸੀਂ ਅੱਗੇ ਵੀਡੀਓ ਵਿੱਚ ਦੇਖ ਸਕਦੇ ਹੋ, ਪਰ ਵੀਡੀਓ ਦੇਖਣ ਤੋਂ ਪਹਿਲਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੋ ਤਾਂ ਜੋ ਆਉਣ ਵਾਲੀ ਹਰ ਇੱਕ ਅਪਡੇਟ ਤੁਹਾਡੇ ਕੋਲ ਸਭ ਤੋਂ ਪਹਿਲਾਂ ਪਹੁੰਚ ਸਕੇ। ਜੀਜ਼ਾ, ਆਮ ਆਦਮੀ ਪਾਰਟੀ ਵੀ ਚੰਗੀ ਹੈ ਪਰ ਮੈਂ ਨਹੀਂ ਜੁਆਇਨ ਕੀਤੀ। ਮੈਨੂੰ ਉਹਨਾਂ ਨੇ ਅਪਰੋਚ ਕੀਤਾ, ਬਹੁਤ ਵਾਰ ਅਪਰੋਚ ਕੀਤਾ, ਅਕਾਲੀ ਦਲ ਨੇ ਅਪਰੋਚ ਕੀਤਾ, ਬੀਜੇਪੀ ਨੇ ਅਪਰੋਚ ਕੀਤਾ, ਸਾਰੀਆਂ ਪਾਰਟੀਆਂ ਨੇ, ਕੈਪਟਨ ਸਾਹਿਬ ਨੇ ਅਪਰੋਚ ਕੀਤਾ, ਮੈਨੂੰ ਨਹੀਂ ਲੱਗਦਾ ਉਹ ਹੋ ਸਕਦਾ। ਉਹ ਬਹੁਤ ਵਧੀਆ ਹੋਣ, ਹੋ ਸਕਦਾ ਉਹਨਾਂ ਨੇ ਕੱਲ੍ਹ ਉਹਨਾਂ ਦਾ ਫਿਊਚਰ ਬਹੁਤ ਬ੍ਰਾਈਟ ਹੋਵੇ, ਹੋ ਸਕਦਾ ਅੱਜ ਮੈਂ ਗਲਤ ਹੋਵਾਂ, ਹਨਾ ਵੀ ਆਪਾਂ ਨੂੰ ਫਿਊਚਰ ਦਾ ਕਿਸੇ ਨੂੰ ਕੁਛ ਨਹੀਂ ਪਤਾ, ਪਰ ਮੇਰੀਆਂ ਜੋ ਪ੍ਰੈਫਰੈਂਸ ਸੀਗੀਆਂ ਮੈਂ ਦੇਖਿਆ ਸਾਰਾ ਕੁਛ, ਮੈਂ ਆਪਦੇ ਹਿਸਾਬ ਨਾਲ ਆਪਦੇ ਹਨਾ ਕੈਲਕੂਲੇਟ ਕੀਤੇ ਨੇ ਸਾਰੀਆਂ ਚੀਜ਼, ਪਰ ਮੈਨੂੰ ਨਹੀਂ ਠੀਕ ਲੱਗਿਆ। ਉਹ ਮੇਰੀ ਆਪਦੀ ਇੰਡੀਵਿਜੁਅਲਿਟੀ ਹੈ, ਜੋ ਮੈਨੂੰ ਠੀਕ ਲੱਗਿਆ ਮੈਨੂੰ ਲੱਗਣਾ ਮੈਨੂੰ ਲੱਗਦਾ ਚਾਹੀਦਾ ਸੀ। ਮੇਰਾ ਕੋਈ ਇੱਕ ਦੋ ਮਿੱਤਰ ਸੀਗੇ ਜਿਹੜੇ ਮੇਰੇ ਨਾਲ ਐਸੋਸੀਏਟ ਸੀ, ਮੈਂ ਚਲੋ ਮੈਂ ਇਸ ਪਾਰਟੀ 'ਚ